ਕਾਰ ਤੇ ਸਤਿ ਸ੍ਰੀ ਅਕਾਲ ਵੀਰੋ, ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਲੰਧਰ ਦੇ ਬੱਸ ਸਟੈਂਡ ਦੀਆਂ, ਜਲੰਧਰ ਦੇ ਬੱਸ ਸਟੇਸ਼ਨ ਦੀਆਂ ਨੇ। ਤੇ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਕੋਈ ਪਾਲਣ ਨਹੀਂ ਕੀਤਾ ਜਾ ਰਿਹਾ, ਯਾਨੀ ਕਿ ਲੋਕਾਂ ਨੇ ਇਹਨਾਂ ਨੂੰ ਰਸ਼ ਪਾ ਦਿੱਤਾ, ਜਦਕਿ ਸਿਵਲ ਸਰਜਨ ਅਤੇ ਪ੍ਰਸ਼ਾਸਨ ਵੱਲੋਂ ਉਮੀਦ ਸੀ ਵੀ ਜਿੱਦਾਂ ਬੁੱਧਵਾਰ ਨੂੰ ਅੱਜ ਬੱਸਾਂ ਸ਼ੁਰੂ ਹੋਣੀਆਂ ਨੇ ਅਤੇ ਜਲੰਧਰ ਬੱਸ ਸਟੈਂਡ ਦੇ ਉੱਤੇ ਵੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾਏਗਾ, ਪਰ ਇਹ ਪਾਲਣ ਦੀ ਉਲੰਘਣਾ ਕੀਤੀ ਗਈ ਹੈ। ਬੱਸਾਂ ਸ਼ੁਰੂ ਹੋ ਗਈਆਂ ਹਨ, ਸਫ਼ਰ ਸ਼ੁਰੂ ਹੋ ਚੁੱਕਾ ਹੈ, ਪਰ ਸੋਸ਼ਲ ਡਿਸਟੈਂਸਿੰਗ ਦਾ ਕੋਈ ਪਾਲਣ ਨਹੀਂ ਕੀਤਾ ਜਾ ਰਿਹਾ। ਹੋ ਸਕਦਾ ਹੈ ਅਗਰ ਇੱਦਾਂ ਹੀ ਰਿਹਾ ਤਾਂ ਪ੍ਰਸ਼ਾਸਨ ਵੱਲੋਂ, ਸਿਵਲ ਸਰਜਨ ਵੱਲੋਂ ਅਤੇ ਡੀਸੀ ਸਰਕਾਰ ਮਾਣਯੋਗ ਵੱਲੋਂ ਵਰਿੰਦਰ ਸ਼ਰਮਾ ਵੱਲੋਂ, ਹੋ ਸਕਦਾ ਹੈ ਜਲੰਧਰ ਵਿੱਚ ਫਿਰ ਬੱਸਾਂ ਦੀ ਸਰਵਿਸ ਦੀ ਆਵਾਜਾਈ ਬੰਦ ਕਰ ਦਿੱਤੀ ਜਾਵੇ। ਅਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ, ਤੁਸੀਂ ਕਮੈਂਟ ਬਾਕਸ 'ਚ ਕਮੈਂਟ ਪਿੰਨ ਕਰ ਸਕਦੇ ਹੋ। ਵੈਸੇ ਜਲੰਧਰ ਵਿੱਚ ਬੱਸ ਸੇਵਾ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਬੱਸ ਸੇਵਾ ਅੱਗੇ ਵੀ ਅਸੀਂ ਚਾਹੁੰਦੇ ਹਾਂ ਜਾਰੀ ਰਹੇ ਅਤੇ 1 ਜੂਨ ਤੋਂ ਹੋ ਸਕਦਾ ਟ੍ਰੇਨਾਂ ਵੀ ਸ਼ੁਰੂ ਹੋ ਜਾਣ। ਜੇ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰਕੇ ਚੈਨਲ ਪ੍ਰੈਸ ਬੈਲ ਬਟਨ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਮਿਲਾਂਗੇ ਨਵੀਂ ਵੀਡੀਓ, ਤਦ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ ਵੀਰੋ।